ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਤੁਹਾਡੇ ਵਾਸਤੇ ਘਰ ਲੈ ਕੇ ਆਏ ਹਾਂ ਮੋਗਾ ਸ਼ਹਿਰ ਦੇ ਵਿੱਚ ਅਪੈਕਸ ਕਲੋਨੀ ਸੋ ਬਹੁਤ ਹੀ ਸੋਹਣੀ ਜਿਹੜੀ ਹੈ ਇਹ ਕਲੋਨੀ ਆ ਸੜਕ ਬਣੀ ਹੋਈ ਹੈ ਸ਼ਿਵਰ ਪਏ ਹੋਏ ਆ ਪਾਣੀ ਦਾ ਕਨੈਕਸ਼ਨ ਵੀ ਪਿਆ ਹੋਇਆ ਸੋ ਬਹੁਤ ਹੀ ਸੋਹਣਾ ਇੱਕ ਘਰ ਜਿਹੜਾ ਬਣਿਆ ਹੋਇਆ 20 ਫੁੱਟਜ ਘਰ ਦਾ ਫਰੰਟ ਹੈਗਾ ਜੀ ਘਰ ਬਿਲਕੁਲੀ ਨਵਾਂ ਬਣਿਆ ਹੋਇਆ ਤੇ ਅੱਜ ਫਿਰ ਦੇਖਦੇ ਆ ਇਸ ਘਰ ਨੂੰ ਉਸ ਤੋਂ ਪਹਿਲਾਂ ਜਿਨ੍ਹਾਂ ਵੀ ਵੀਰ ਭਰਾਵਾਂ ਨੇ ਹੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕੇ ਤੇ ਤੁਹਾਨੂੰ ਘਰ ਲੈਣ ਵਿੱਚ ਹੋਵੇ ਆਸਾਨੀ ਸੋ ਆਪਾਂ ਦੇਖ ਰਹੇ ਹਾਂ ਪੈਕਸ ਕਲੋਨੀ ਮੋਗਾ ਦੇ ਵਿੱਚ ਇਹ ਘਰ ਸੋ ਕਾਫੀ ਵਧੀਆ ਘਰ ਇਹ ਬਣਿਆ ਹੋਇਆ ਸੋ ਬਾਹਰ ਸਟਾਰਟਿੰਗ ਤੇ ਜਿਹੜੀਆਂ ਪੌੜੀਆਂ ਚੜਦੀਆਂ ਤੇ ਇੱਕ ਵਾਸ਼ਰੂਮ ਆਪਾਂ ਜਿਹੜਾ ਸਾਹਮਣੇ ਦੇਖ ਰਹੇ ਹਾਂ ਔਰ ਬਹੁਤ ਸੋਹਣੇ ਨਕਸ਼ੇ ਦੇ ਨਾਲ ਇਹ ਜਿਹੜਾ ਘਰ ਬਣਿਆ ਹੋਇਆ ਕਾਫੀ ਖੁੱਲਾ ਅੱਗੇ ਵਿਹੜਾ ਵੀ ਹੈਗਾ ਪੋਰਚ ਹੈਗਾ ਜੀ ਇਸ ਘਰ ਦੇ ਵਿੱਚ ਇੱਕ ਜਿਹੜਾ ਲਿਵਿੰਗ ਰੂਮ ਬਣਿਆ ਹੋਇਆ ਲੌਬੀ ਆ ਰਸੋਈ ਸਾਹਮਣੇ ਆਪਾਂ ਦੇਖ ਰਹੇ ਹਾਂ ਸੋ ਤੁਹਾਨੂੰ ਦਿਖਾਵਾਂਗੇ ਘਰ ਨੂੰ ਪੂਰੀ ਤਰ੍ਹਾਂ ਸੋ ਘਰ ਦੇ ਵਿੱਚ ਸੀਮੈਂਟ ਦਾ ਜਿਹੜਾ ਫਰਸ਼ ਲੱਗਿਆ ਹੋਇਆ ਰੰਗ ਰੋਗਣ ਦਾ ਕੰਮ ਵੀ ਪੈਂਡਿੰਗ ਹੈਗਾ ਸੋ ਕਬਡ ਵਰਗਾ ਵੀ ਸਾਰੇ ਇੱਕ ਬੰਨ ਵਾਲੇ ਆ ਤੁਸੀਂ ਦੇਖ ਰਹੇ ਹੋ ਐਪੈਕਸ ਕਲੋਨੀ ਮੋਗਾ ਦੇ ਵਿੱਚ ਇਹ ਘਰ ਸੋ ਵੀ ਫੋਟੋ ਇਸ ਘਰ ਦਾ ਫਰੰਟ ਹੈ ਤੇ ਇਸ ਵੇਲੇ ਆਪਾਂ ਹੈਗੇ ਆ ਜੀ ਲਿਵਿੰਗ ਰੂਮ ਦੇ ਵਿੱਚ ਸੋ ਕਾਫੀ ਵਧੀਆ ਨਕਸ਼ੇ ਦੇ ਨਾਲ ਜਿਹੜਾ ਇਹ ਘਰ ਬਣਿਆ ਹੋਇਆ ਤੁਸੀਂ ਵੀ ਅਗਰ ਘਰ ਜ਼ਮੀਨ ਪ੍ਰਾਪਰਟੀ ਕਿਸੇ ਤਰ੍ਹਾਂ ਦੀ ਵੇਚਣੀ ਚਾਹੁੰਦੇ ਹੋ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਜੀ ਜੋ ਵੀ ਤੁਸੀਂ ਵੀਡੀਓ ਤੇ ਨੰਬਰ ਦੇਖ ਰਹੇ ਹੋ ਮੋਬਾਈਲ ਨੂੰ ਟੈਡਾ ਕਰਕੇ ਸਲੋ 모ਸ਼ਨ ਦੇ ਵਿੱਚ ਵੀਡੀਓ ਬਣਾ ਕੇ ਸਾਨੂੰ ਭੇਜੋ ਸੋ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਹਾਂਜੀ ਕਿਸੇ ਵੀ ਤਰ੍ਹਾਂ ਦਾ ਘਰ ਜ਼ਮੀਨ ਦੁਕਾਨ ਪਲਾਟ ਵੇਚਣ ਲਈ ਬਾਬਾ ਪ੍ਰੋਪਰਟੀ ਚੈਨਲ ਤੇ ਕੰਟੈਕਟ ਕਰੋ ਸੋ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਤੇ ਆਜੋ ਫਿਰ ਦੇਖਦੇ ਆ ਇਸ ਘਰ ਨੂੰ ਸੋ ਆਪਾਂ ਸਾਹਮਣੇ ਦੇਖ ਰਹੇ ਸੀਗੇ ਜੀ ਰਸੋਈ ਰਸੋਈ ਦੇ ਵਿੱਚ ਵੀ ਕੱਬੜ ਦਾ ਕੰਮ ਜਿਹੜਾ ਉਹ ਬਾਕੀ ਹੈਗਾ ਬਾਕੀ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਘਰ ਬਿਲਕੁਲ ਨਵਾਂ ਹੀ ਬਣਿਆ ਹੋਇਆ ਸੀਮੈਂਟ ਦਾ ਫਰਸ਼ ਹੈਗਾ ਜੀ ਸੋ ਇਸ ਘਰ ਦੇ ਵਿੱਚ ਜਿਹੜਾ ਇੱਕ ਬੈੱਡਰੂਮ ਬਣਿਆ ਹੋਇਆ ਜੋ ਆਪਾਂ ਦੇਖ ਰਹੇ ਹਾਂ ਘਰ ਬਿਲਕੁਲ ਨਵਾਂ ਹੀ ਬਣਿਆ ਹੋਇਆ ਸੋ ਇਹਦੀ ਕੀਮਤ ਵੀ ਬਿਲਕੁਲ ਡਿਮਾਂਡ ਜਿਹੜੀ ਆ ਮਾਲਕ ਨੇ ਜਾਇਜ਼ ਰੱਖੀ ਆ 22 ਲੱਖ ਇਸ ਘਰ ਦੀ ਡਿਮਾਂਡ ਆ ਜੀ ਬਾਕੀ ਮੌਕੇ ਤੇ ਹੋਰ ਵੀ ਰੈਟ ਹੋ ਜੂਗੀ ਜਿਸ ਵੀ ਵੀ ਪੁਰਾਣੇ ਖਰੀਦਣਾ ਹੋਵੇ ਸੋ ਇਹ ਪਿਛੇ ਜਾਲ ਛੱਡਿਆ ਹੋਇਆ ਹੈ ਘਰ ਨੂੰ ਰੋਸ਼ਨੀਦਾਰ ਬਣਾਉਣ ਵਾਸਤੇ ਤੇ ਨਾਲ ਅਟੈਚ ਜਿਹੜਾ ਵਾਸ਼ਰੂਮ ਬਣਿਆ ਹੋਇਆ ਕਾਫੀ ਖੁੱਲਾ ਡੁੱਲਾ ਜਿਹੜਾ ਵਾਸ਼ਰੂਮ ਆ ਉਹ ਬਣਿਆ ਹੋਇਆ ਤੁਸੀਂ ਇਸ ਵੇਲੇ ਦੇਖ ਰਹੇ ਹੋ ਬਹੁਤ ਹੀ ਖੁੱਲਾ ਡੁੱਲਾ ਜਿਹੜਾ ਵਾਸ਼ਰੂਮ ਆ ਉਹ ਬਣਿਆ ਹੋਇਆ ਬਾਕੀ ਤਿਆਰੀ ਦੀ ਆਪਾਂ ਗੱਲ ਪਹਿਲਾਂ ਹੀ ਕੀਤੀ ਸੀਗੀ ਕਿ ਤਿਆਰੀ ਜਿਹੜੀ ਆ ਉਹ ਇਸ ਕਰ ਦੀ ਜਿਹੜੀ ਹੈ ਬਾਕੀ ਹੈ ਬਾਕੀ ਰਹਿਣ ਬਸੇਰਾ ਜਿਹੜਾ ਬਹੁਤ ਵਧੀਆ ਬੰਦੇ ਦਾ ਹੋ ਸਕਦਾ ਜਿਸ ਵੀ ਵੀਰ ਪ੍ਰਾਣ ਨੇ ਇਹ ਘਰ ਖਰੀਦਣਾ ਹੋਵੇ ਇਹਦੀ ਜਿਹੜੀ ਡਿਮਾਂਡ ਹੈ ਉਹ 22 ਲੱਖ ਰੱਖੀ ਹੈ ਸੋ ਮੌਕੇ ਤੇ ਹੋਰ ਵੀ ਰਹਿਤ ਹੋ ਜੂਗੀ ਜਿਸ ਵੀ ਵੀਰ ਪ੍ਰਾਣ ਨੇ ਇਸ ਘਰ ਨੂੰ ਖਰੀਦਣਾ ਹੋਵੇ ਉਹ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਘਰ ਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਤੇ ਇਸ ਘਰ ਨੂੰ ਖਰੀਦ ਵੀ ਸਕਦੇ ਹੋ ਸੋ ਘਰ ਬਣਿਆ ਹੋਇਆ ਨਵਾਂ ਹੀ ਬਣਿਆ ਹੋਇਆ ਸામਨੇ ਆਪਾਂ ਦੇਖ ਰਹੇ ਆ ਡ੍ਰਾਇੰਗ ਰੂਮ ਇਹ ਲੌਬੀ ਆ ਤੇ ਇਹ ਸਾਹਮਣੇ ਰਸੋਈ ਆ ਜੀ ਇੱਕ ਬੈੱਡਰੂਮ ਬਣਿਆ ਹੋਇਆ ਇਹ ਜਿਹੜਾ ਸਾਹਮਣੇ ਆ ਆਪਾਂ ਅ ਸਟੱਡੀ ਰੂਮ ਵੀ ਕਹਿ ਸਕਦੇ ਆ ਪੂਜਾ ਰੂਮ ਵੀ ਬਣਾ ਸਕਦੇ ਆ ਜੋ ਆਪਣੀ ਇੱਛਾ ਹੈਗੀ ਆ ਆਪਾਂ ਉਹ ਬਣਾ ਸਕਦੇ ਆ ਤੇ ਇਹ ਹੈਗਾ ਜੀ ਪੋਰਚ ਤੇ ਅੱਗੇ ਹੈਗਾ ਵਿਹੜਾ ਤੇ ਆਜੋ ਫਿਰ ਦੇਖਦੇ ਆ ਇਸ ਘਰ ਨੂੰ ਉੱਪਰ ਤੋਂ ਸੋ ਜੇਕਰ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦਿਆ ਕਰੋ ਬਾਈ ਜੀ ਇੱਕ ਦੂਜੇ ਦਾ ਫਾਇਦਾ ਹੋ ਜਾਂਦਾ ਸੋ ਘਰ ਬੈਠੇ ਹੀ ਕਰਨੀਆਂ ਵੀਡੀਓ ਦੇਖਣ ਵਾਸਤੇ ਬਾਬਾ ਪ੍ਰਾਪਰਟੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤਾਂ ਕਿ ਕਿਸੇ ਹੋਰ ਵੀ ਵੀਰ ਭਰਾ ਨੂੰ ਕਰ ਲੈਣ ਵਿੱਚ ਆਸਾਨੀ ਹੋਵੇ ਸੋ ਕੋਸ਼ਿਸ਼ ਕਰਦੇ ਹੁੰਨੇ ਆ ਕਿ ਕਰਨ ਨੂੰ ਪੂਰੀ ਤਰ੍ਹਾਂ ਦਿਖਾਈਏ ਸੋ ਅਗਲੀ ਵੀਡੀਓ ਵਿੱਚ ਫਿਰ ਮਿਲਦੇ ਆਂ ਧੰਨਵਾਦ